कमला जो संघर्ष मोर्चे के सुभाग अज जिहड़ा तुसीं आप जागो कढ रहे की मसला हैगा तुहाडा अज जागो कढ़न का मसला यह आ कि ठेका मुलाजम संघर्ष मोर्चे को मुख्यमंत्री द्वारा ये सत्त मीटिंगा दित्तियां गईयां वख वख संघर्षा के दौरान आ हुण 14 दी मीटिंग तो बाद भी यो ही जो असीं मीटिंग करन वास्ते गए तो कह दिया गया हुण 21 नूं शाम नूं मिलना आ के मीटिंग करियो सत्त वार मुकरन तो बाद ठेका मुलाजम संघर्ष मोर्चे ने जे इस वारी भी मीटिंग दे विच ना बैठा फिर तगड़े एक्शन किए जाएंगे लेकिन इन्हां नूं मीटिंग विच बिठाउण वास्ते जिहड़े जागो मार्च किए जा रहे आ अते रात नूं जगराते करके सवेरे प्रभात दे टाइम दे उत्ते इन्हां दे खिलाफ जिहड़े नारेबाजी की जाऊगी ਸਵੇਰੇ ਪ੍ਰਭਾਤ ਵਿੱਚ ਕਿੰਨੇ ਵਜੇ ਕੱਢੋਗੇ ਤੁਸੀਂ ਜਿਹੜੇ ਪ੍ਰਭਾਤ ਦਾ ਟਾਈਮ ਉਹ 5 ਵਜੇ ਅਸੀਂ ਸਟਾਰਟ ਕਰਕੇ 2-2.5 ਘੰਟੇ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਇਹਨਾਂ ਦੇ ਖਿਲਾਫ ਜਿਹੜੀ ਨਾਰੇਬਾਜ਼ੀ ਮਾਰਨਿੰਗ ਟਾਈਮ ਦੇ ਵਿੱਚ ਕਰਾਂਗੇ ਕਰਕੇ ਜਾਗੋ ਮਾਰਚ ਕਰਕੇ ਰਾਤ ਨੂੰ ਜਗਰਾਤੇ ਕਿਤੇ ਸਵੇਰੇ ਪ੍ਰਭਾਤ ਦੇ ਟਾਈਮ 'ਤੇ ਨਾਰੇਬਾਜ਼ੀ ਕੀਤੀ ਜਾਊਗੀ ਕਿਉਂਕਿ ਇਹਦਾ ਕਾਰਨ ਹੈ ਵੀ ਪਿਛਲੇ 7 ਵਾਰ ਜਿਹੜਾ ਮੁੱਖ ਮੰਤਰੀ ਪੰਜਾਬ ਜਿਹੜਾ ਮੀਟਿੰਗਾਂ ਦੇ ਕੇ ਮੁੱਕਰ ਚੁੱਕੇ ਨੇ ਹੁਣ ਹਰ ਵਾਰ ਅਗਲਾ ਸਮਾਂ ਦੇ ਦਿੰਦੇ ਅਸੀਂ ਪੰਜਾਬ ਤੋਂ ਕੋਨੇ ਕੋਨੇ ਤੋਂ ਉੱਥੇ ਮੀਟਿੰਗਾਂ ਕਰਨ ਵਾਸਤੇ ਚੰਡੀਗੜ੍ਹ ਜਾਂਦੇ ਹਾਂ ਉੱਥੋਂ ਅੱਗੋਂ ਲੈਟਰ ਜਾਰੀ ਹੋ ਜਾਂਦੀ ਆ ਵੀ ਹੁਣ ਜਿਹੜੀ ਮੀਟਿੰਗ ਅੱਗੇ ਪੈਂਡਿੰਗ ਕਰ ਦਿੱਤੀ ਗਈ ਆ ਇਹ ਮੀਟਿੰਗ ਨਾ ਕਰਨ ਦੇ ਕਰਕੇ ਹੀ ਹੁਣ ਪੂਰੇ ਪੰਜਾਬ ਦੇ ਵਿੱਚ ਜਿਹੜੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ ਜਿਹੜੀਆਂ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਨੇ ਜਿਹੜੇ ਆਊਟਸੋਰਸ ਮੁਲਾਜ਼ਮ ਨੇ ਠੇਕੇਦਾਰਾਂ ਦੇ ਥਰੂ ਕੰਮ ਕਰਦੇ ਨੇ ਜਾਂ ਅਲਿਸਮੈਂਟ ਪਾਲਿਸੀ ਵਾਲੇ ਮੁਲਾਜ਼ਮ ਨੇ ਜਿਨ੍ਹਾਂ 'ਚ ਇਹਨਾਂ ਨੂੰ ਵਿਭਾਗਾਂ 'ਚ ਲੈ ਕੇ ਜਿਹੜੀ ਸਰਕਾਰ ਸ਼ਾਮਿਲ ਕਰਕੇ ਇਹਨਾਂ ਦਾ ਕੋਈ ਰੁਜ਼ਗਾਰ ਪੱਕਾ ਨਹੀਂ ਕਰਦੀ ਉਹਨਾਂ ਜਿਹੜੇ ਆਪਣੇ ਸੰਘਰਸ਼ ਨੂੰ ਲੜਦੇ ਰਹਿਣਗੇ ਅਤੇ ਜਿਹੜੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਸਰਕਾਰ ਬਣਦੇ ਵੀ ਇਹਨਾਂ ਸਾਰਿਆਂ ਨੂੰ ਸ਼ਾਮਿਲ ਕਰਾਂਗੇ ਲੇਕਿਨ ਉਹ ਵਾਅਦੇ ਤੋਂ ਮੁੱਕਰਦੀ ਹੋਈ ਨਵੀਆਂ ਭਰਤੀਆਂ ਕਰਕੇ ਇਹਨਾਂ ਮੁਲਾਜ਼ਮਾਂ ਦਾ ਜਿਹੜਾ ਰੁਜ਼ਗਾਰ ਉਹ ਵੀ ਖੋਣ ਦੀ ਤਿਆਰੀ ਕੀਤੀ ਜਾ ਰਹੀ ਹੈ।